ਇੱਕ ਤੇਜ਼ ਰਫ਼ਤਾਰ ਟਰਾਲਾ ਜੋ ਕਿ ਇੱਕ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਲਟ ਗਿਆ। ਦਰਅਸਲ ਇਸ ਟਰਾਲੇ ਦੇ ਅੰਦਰ ਕਿਨੂੰ ਭਰੇ ਹੋਏ ਸੀ, ਤਸਵੀਰਾਂ ਦੇਖ ਹੀ ਸਕਦੇ ਹੋ ਕਿ ਕਿਵੇਂ ਸੜਕ 'ਤੇ ਖਿੰਡ ਗਏ ਨੇ ਕਿਨੂੰ, ਜਿਸ ਤੋਂ ਬਾਅਦ ਇਹ ਟਰੱਕ ਵਾਲਾ ਮਾਯੂਸ ਹੋ ਕੇ ਸੜਕ ਕਿਨਾਰੇ ਖੜ੍ਹੇ ਇਹਨਾਂ ਕਿਨੂਆਂ ਨੂੰ ਦੇਖ ਰਿਹਾ ਹੈ, ਕਿਉਂਕਿ ਇਹਨਾਂ ਦੇ ਉੱਤੋਂ ਦੀ ਗੱਡੀਆਂ ਲੰਘ ਗਈਆਂ ਨੇ। ਕਈ ਲੱਖਾਂ ਰੁਪਏ ਦੇ ਜਿਹੜੇ ਕਿਨੂੰ ਨੇ ਉਹ ਖਰਾਬ ਹੋ ਚੁੱਕੇ ਨੇ ਅਤੇ ਭੁਗਤਾਨ ਇਸ ਡਰਾਈਵਰ ਨੂੰ ਕਰਨਾ ਪਏਗਾ, ਜਿਸ ਕਰਕੇ ਕਾਫੀ ਮਾਯੂਸ ਹੋ ਕੇ ਖੜ੍ਹਾ ਇਹ ਡਰਾਈਵਰ। ਦੱਸ ਦਈਏ ਕਿ ਸੰਘਣੀ ਧੁੰਦ ਕਰਕੇ ਇਹ ਹਾਦਸਾ ਵਾਪਰਿਆ ਹੈ। ਦਰਅਸਲ ਟਰੱਕ ਸੜਕ 'ਤੇ ਜਾ ਰਿਹਾ ਸੀ ਤਾਂ ਸਾਹਮਣੋਂ ਇੱਕ ਗੱਡੀ ਆਈ, ਗੱਡੀ ਨੇ ਫਲੈਸ਼ਰ ਮਾਰਿਆ, ਜਿਸ ਕਰਕੇ ਜਿਹੜੀ ਲਾਈਟ ਹੈ ਉਹ ਟਰੱਕ ਚਾਲਕ ਦੀ ਅੱਖਾਂ ਦੇ ਵਿੱਚ ਪਈ ਅਤੇ ਸੜਕ ਦਿਖਣੋਂ ਬੰਦ ਹੋ ਗਈ, ਜਿਸ ਕਰਕੇ ਉਸਨੇ ਗੱਡੀ ਨੂੰ ਬਚਾਉਣ ਦੇ ਚੱਕਰ 'ਚ ਜਦ ਟਰਾਲਾ ਮੋੜਿਆ ਤਾਂ ਉਸਦਾ ਟਰਾਲਾ ਪਲਟ ਗਿਆ। ਤਾਂ ਦੱਸ ਦਈਏ ਕਿ ਅਬੋਹਰ ਤੋਂ ਜਲੰਧਰ ਕਿਨੂੰ ਲੈ ਕੇ ਜਾ ਰਿਹਾ ਸੀ ਇਹ ਟਰੱਕ, ਪਰ ਰਾਹ ਦੇ ਵਿੱਚ ਹੀ ਇਹ ਪਲਟ ਗਿਆ, ਜਿਸ ਕਰਕੇ ਵੱਡਾ ਹਾਦਸਾ ਵਾਪਰ ਗਿਆ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇਹ ਕਿਨੂਆਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ, ਇਹ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸੂਬੇ ਦੇ ਅੰਦਰ ਧੁੰਦ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲਗਾਤਾਰ ਸੜਕੀ ਹਾਦਸੇ ਵੀ ਵੱਧ ਰਹੇ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਤੋਂ ਸਾਹਮਣੇ ਆਇਆ ਹੈ, ਜਿੱਥੇ ਫਿਰੋਜ਼ਪੁਰ ਫਜ਼ਿਲਕਾ ਰੋਡ 'ਤੇ ਸਵੇਰ ਦੇ ਸਮੇਂ ਧੁੰਦ ਕਾਰਨ ਕਿਨੂਆਂ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ। ਆਓ ਇਸ ਦੇ ਡਰਾਈਵਰ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ ਅਤੇ ਕੁੱਲ ਨੁਕਸਾਨ ਕਿੰਨੇ ਦਾ ਹੋਇਆ ਹੈ। ਜਿਹੜੀ ਇਹ ਘਟਨਾ ਵਾਪਰੀ ਹੈ, ਟਰਾਲਾ ਮੂਧਾ ਹੋਇਆ ਪਿਆ, ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਹੋਇਆ ਹੈ, ਸਾਰੀ ਡਿਟੇਲ ਦੱਸੋ। ਸਰ ਮੈਂ ਅੰਬੋਰ ਤੋਂ ਟਰਾਲਾ ਲੋਡ ਕਰਕੇ ਕਿਨੂਆਂ ਦਾ ਆ ਰਿਹਾ ਸੀਗਾ ਅਤੇ ਜਦ ਮੈਂ ਫਿਰੋਜ਼ਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਤਾਂ ਅੱਗਿਓਂ ਇੱਕ ਗੱਡੀ ਆਈ, ਮਤਲਬ ਉਹਦੀਆਂ ਲਾਈਟਾਂ ਪਈਆਂ ਸਰ, ਮੈਨੂੰ ਧੁੰਦ ਕਾਫੀ ਸੀਗੀ, ਉਹ ਮੇਰੇ ਵੱਲ ਨੂੰ ਸਿੱਧੀ ਆ ਰਹੀ ਸੀਗੀ ਗੱਡੀ, ਅਗਰ ਜੇ ਮੈਂ ਸਿੱਧਾ ਜਾਂਦਾ ਤਾਂ ਸਾਡੀ ਆਹਮੋ ਸਾਹਮਣੇ ਟੱਕਰ ਹੋ ਜਾਣੀ ਸੀ, ਉਹਨੂੰ ਬਚਾਉਣ ਦੀ ਖਾਤਰ ਮੈਂ ਇੱਧਰ ਨੂੰ ਕੱਟ ਮਾਰੀ ਤਾਂ ਸਰ ਮੇਰੀ ਗੱਡੀ ਜਾ ਕੇ ਮਤਲਬ ਇੱਕ ਬੁਰਜੀ ਸੀਗੀ, ਕੰਧ ਸੀਗੀ, ਉਹਦੇ ਨਾਲ ਟੱਕਰ ਹੋ ਗਈ, ਮੇਰਾ ਟਾਇਰ ਪਾੜ ਕੇ ਦੋਵੇਂ ਗੱਡੀ ਦਾ ਹਿੱਸਾ ਵੱਖਰਾ ਹੋ ਗਿਆ ਤਾਂ ਗੱਡੀ ਪਲਟ ਗਈ, ਮੇਰਾ ਨੁਕਸਾਨ ਵੀ ਹੋ ਗਿਆ, ਮੇਰੀ ਗੱਡੀ ਵੀ ਸਰ ਠੇਕੇ 'ਤੇ ਲਈ ਹੋਈ ਆ, ਪਹਿਲਾਂ ਹੀ ਚੱਕਰ ਸੀਗਾ ਮੇਰਾ, ਜ਼ਿਆਦਾ ਨੁਕਸਾਨ ਹੋਇਆ ਉਹ ਵੀ ਵਪਾਰੀ ਮੇਰਾ ਨੁਕਸਾਨ ਜਿਹੜਾ ਆ ਕਿ ਤੈਨੂੰ ਭਰਨਾ ਪੈਣਾ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ? ਸਰ ਮੇਰਾ ਘੱਟੋ ਘੱਟ ਵੀ ਸਰ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਰ। ਹੁਣ ਜਿਹੜੀ ਕਿਨੂੰ ਨੇ ਨਵੀਂ ਗੱਡੀ ਆ ਰਹੀ ਹੈ ਕੋਈ? ਹਾਂਜੀ ਸਰ, ਉਹਨਾਂ ਨੇ ਨਵੀਂ ਗੱਡੀ ਮਤਲਬ ਭੇਜੀ ਆ ਕਿਨੂਆਂ ਵਾਸਤੇ, ਜਿੰਨੇ ਕੁ ਬਚੇ ਆ ਉਹ ਕਿਨੂੰ ਉਹ 'ਚ ਜਾਣ ਕੇ ਜੋ ਬਾਕੀ ਮਤਲਬ ਖਰਾਬ ਹੋ ਗਏ ਉਹ ਨੁਕਸਾਨ ਮੈਨੂੰ ਪੇ ਕਰਨਾ ਪਵੇਗਾ। ਉਹ ਤੁਹਾਡੇ ਪੇਟੇ ਪਏਗਾ ਸਾਰਾ? ਸਾਰਾ ਸਰ ਮੇਰੇ ਪੇਟੇ ਪਊਗਾ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਸਰ ਮੈਂ ਮਤਲਬ ਹੈਗਾ ਹੈ ਜੀ ਅੰਮ੍ਰਿਤਸਰ ਜ਼ਿਲ੍ਹਾ ਮਹਿਤੇ ਪਿੰਡ ਦਾ ਰਹਿਣ ਵਾਲਾ। ਨਾਮ ਕੀ ਤੁਹਾਡਾ? ਮੇਰਾ ਨਾਮ ਰਵਿੰਦਰ ਸਿੰਘ ਹੈ। ਇੱਕ ਤੇਜ਼ ਰਫ਼ਤਾਰ ਟਰਾਲਾ ਜੋ ਕਿ ਇੱਕ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਲਟ ਗਿਆ। ਦਰਅਸਲ ਇਸ ਟਰਾਲੇ ਦੇ ਅੰਦਰ ਕਿਨੂੰ ਭਰੇ ਹੋਏ ਸੀ, ਤਸਵੀਰਾਂ ਦੇਖ ਹੀ ਸਕਦੇ ਹੋ ਕਿ ਕਿਵੇਂ ਸੜਕ 'ਤੇ ਖਿੰਡ ਗਏ ਨੇ ਕਿਨੂੰ, ਜਿਸ ਤੋਂ ਬਾਅਦ ਇਹ ਟਰੱਕ ਵਾਲਾ ਮਾਯੂਸ ਹੋ ਕੇ ਸੜਕ ਕਿਨਾਰੇ ਖੜ੍ਹੇ ਇਹਨਾਂ ਕਿਨੂਆਂ ਨੂੰ ਦੇਖ ਰਿਹਾ ਹੈ, ਕਿਉਂਕਿ ਇਹਨਾਂ ਦੇ ਉੱਤੋਂ ਦੀ ਗੱਡੀਆਂ ਲੰਘ ਗਈਆਂ ਨੇ। ਕਈ ਲੱਖਾਂ ਰੁਪਏ ਦੇ ਜਿਹੜੇ ਕਿਨੂੰ ਨੇ ਉਹ ਖਰਾਬ ਹੋ ਚੁੱਕੇ ਨੇ ਅਤੇ ਭੁਗਤਾਨ ਇਸ ਡਰਾਈਵਰ ਨੂੰ ਕਰਨਾ ਪਏਗਾ, ਜਿਸ ਕਰਕੇ ਕਾਫੀ ਮਾਯੂਸ ਹੋ ਕੇ ਖੜ੍ਹਾ ਇਹ ਡਰਾਈਵਰ। ਦੱਸ ਦਈਏ ਕਿ ਸੰਘਣੀ ਧੁੰਦ ਕਰਕੇ ਇਹ ਹਾਦਸਾ ਵਾਪਰਿਆ ਹੈ। ਦਰਅਸਲ ਟਰੱਕ ਸੜਕ 'ਤੇ ਜਾ ਰਿਹਾ ਸੀ ਤਾਂ ਸਾਹਮਣੋਂ ਇੱਕ ਗੱਡੀ ਆਈ, ਗੱਡੀ ਨੇ ਫਲੈਸ਼ਰ ਮਾਰਿਆ, ਜਿਸ ਕਰਕੇ ਜਿਹੜੀ ਲਾਈਟ ਹੈ ਉਹ ਟਰੱਕ ਚਾਲਕ ਦੀ ਅੱਖਾਂ ਦੇ ਵਿੱਚ ਪਈ ਅਤੇ ਸੜਕ ਦਿਖਣੋਂ ਬੰਦ ਹੋ ਗਈ, ਜਿਸ ਕਰਕੇ ਉਸਨੇ ਗੱਡੀ ਨੂੰ ਬਚਾਉਣ ਦੇ ਚੱਕਰ 'ਚ ਜਦ ਟਰਾਲਾ ਮੋੜਿਆ ਤਾਂ ਉਸਦਾ ਟਰਾਲਾ ਪਲਟ ਗਿਆ। ਤਾਂ ਦੱਸ ਦਈਏ ਕਿ ਅਬੋਹਰ ਤੋਂ ਜਲੰਧਰ ਕਿਨੂੰ ਲੈ ਕੇ ਜਾ ਰਿਹਾ ਸੀ ਇਹ ਟਰੱਕ, ਪਰ ਰਾਹ ਦੇ ਵਿੱਚ ਹੀ ਇਹ ਪਲਟ ਗਿਆ, ਜਿਸ ਕਰਕੇ ਵੱਡਾ ਹਾਦਸਾ ਵਾਪਰ ਗਿਆ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਦੇ ਵਿੱਚ ਇਹ ਕਿਨੂਆਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ, ਇਹ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸੂਬੇ ਦੇ ਅੰਦਰ ਧੁੰਦ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲਗਾਤਾਰ ਸੜਕੀ ਹਾਦਸੇ ਵੀ ਵੱਧ ਰਹੇ ਨੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰੂ
ਮਨੋਹਰ ਸਹਾਏ ਤੋਂ ਸਾਹਮਣੇ ਆਇਆ ਹੈ ਜਿੱਥੇ ਫਿਰੋਜ਼ਪੁਰ ਫਜ਼ਿਲਕਾ ਰੋਡ 'ਤੇ ਸਵੇਰ ਦੇ ਸਮੇਂ ਧੁੰਦ ਕਾਰਨ ਕਿਨੂਆਂ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ। ਆਓ ਇਸ ਦੇ ਡਰਾਈਵਰ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ ਅਤੇ ਕੁੱਲ ਨੁਕਸਾਨ ਕਿੰਨੇ ਦਾ ਹੋਇਆ ਹੈ। ਜਿਹੜੀ ਇਹ ਘਟਨਾ ਵਾਪਰੀ ਹੈ, ਟਰਾਲਾ ਮੁੱਧਾ ਹੋਇਆ ਪਿਆ, ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਹੋਇਆ ਹੈ, ਸਾਰੀ ਡਿਟੇਲ ਦੱਸੋ। ਸਰ ਮੈਂ ਅੰਬੋਰ ਤੋਂ ਟਰਾਲਾ ਲੋਡ ਕਰਕੇ ਕਿਨੂਆਂ ਦਾ ਆ ਰਿਹਾ ਸੀਗਾ ਅਤੇ ਜਦ ਮੈਂ ਫਿਰੋਜ਼ਪੁਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਤਾਂ ਅੱਗਿਓਂ ਇੱਕ ਗੱਡੀ ਆਈ, ਮਤਲਬ ਉਹਦੀਆਂ ਲਾਈਟਾਂ ਪਈਆਂ ਸਰ, ਮੈਨੂੰ ਧੁੰਦ ਕਾਫੀ ਸੀਗੀ, ਉਹ ਮੇਰੇ ਵੱਲ ਨੂੰ ਸਿੱਧੀ ਆ ਰਹੀ ਸੀਗੀ ਗੱਡੀ, ਅਗਰ ਜੇ ਮੈਂ ਸਿੱਧਾ ਜਾਂਦਾ ਤਾਂ ਸਾਡੀ ਆਹਮੋ ਸਾਹਮਣੇ ਟੱਕਰ ਹੋ ਜਾਣੀ ਸੀ। ਉਹਨੂੰ ਬਚਾਉਣ ਦੀ ਖਾਤਰ ਮੈਂ ਇੱਧਰ ਨੂੰ ਕੱਟ ਮਾਰੀ ਤਾਂ ਸਰ ਮੇਰੀ ਗੱਡੀ ਜਾ ਕੇ ਮਤਲਬ ਇੱਕ ਬੁਰਜੀ ਸੀਗੀ, ਕੰਧ ਸੀਗੀ, ਉਹਦੇ ਨਾਲ ਟੱਕਰ ਹੋ ਗਈ, ਮੇਰਾ ਟਾਇਰ ਪਾੜ ਕੇ ਦੋਵੇਂ ਗੱਡੀ ਦਾ ਹਿੱਸਾ ਵੱਖਰਾ ਹੋ ਗਿਆ ਤਾਂ ਗੱਡੀ ਪਲਟ ਗਈ, ਮੇਰਾ ਨੁਕਸਾਨ ਵੀ ਹੋ ਗਿਆ। ਮੇਰੀ ਗੱਡੀ ਵੀ ਸਰ ਠੇਕੇ 'ਤੇ ਲਈ ਹੋਈ ਆ, ਪਹਿਲਾਂ ਹੀ ਚੱਕਰ ਸੀਗਾ ਮੇਰਾ, ਜ਼ਿਆਦਾ ਨੁਕਸਾਨ ਹੋਇਆ ਉਹ ਵੀ ਵਪਾਰੀ, ਮੇਰਾ ਨੁਕਸਾਨ ਜਿਹੜਾ ਆ ਕਿ ਤੈਨੂੰ ਭਰਨਾ ਪੈਣਾ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ? ਸਰ ਮੇਰਾ ਘੱਟੋ ਘੱਟ ਵੀ ਸਰ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਰ। ਹੁਣ ਜਿਹੜੀ ਕਿੰਨੂ ਨੇ ਨਵੀਂ ਗੱਡੀ ਆ ਰਹੀ ਹੈ ਕੋਈ? ਹਾਂਜੀ ਸਰ, ਉਹਨਾਂ ਨੇ ਨਵੀਂ ਗੱਡੀ ਮਤਲਬ ਭੇਜੀ ਆ ਕਿੰਨੂਆਂ ਵਾਸਤੇ, ਜਿੰਨੇ ਕੁ ਬਚੇ ਆ ਉਹ ਕਿੰਨੂ ਉਹ 'ਚ ਜਾਣ ਕੇ ਜੋ ਬਾਕੀ ਮਤਲਬ ਖਰਾਬ ਹੋ ਗਏ ਉਹ ਨੁਕਸਾਨ ਮੈਨੂੰ ਪੇ ਕਰਨਾ ਪਵੇਗਾ। ਉਹ ਤੁਹਾਡੇ ਪੇਟੇ ਪਏਗਾ ਸਾਰਾ? ਸਾਰਾ ਸਰ ਮੇਰੇ ਪੇਟੇ ਪਊਗਾ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਸਰ ਮੈਂ ਮਤਲਬ ਹੈਗਾ ਜੀ ਅੰਮ੍ਰਿਤਸਰ ਜ਼ਿਲ੍ਹਾ ਮਹਿਤੇ ਪਿੰਡ ਦਾ ਰਹਿਣ ਵਾਲਾ। ਨਾਮ ਕੀ ਤੁਹਾਡਾ? ਮੇਰਾ ਨਾਂ ਰਵਿੰਦਰ ਸਿੰਘ ਹੈ ਜੀ।